ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਖਾਸ ਅਤੇ ਮਹੱਤਵਪੂਰਨ ਟੌਪਿਕ ਸਭ ਤੋਂ ਪਹਿਲਾਂ ਬਿਲਕੁਲ ਲੇਟੈਸਟ ਟ੍ਰੈਂਡ ਮਾਰਚ ਦਾ ਮਹੀਨਾ ਆ ਗਿਆ ਲੇਟੈਸਟ ਟ੍ਰੈਂਡ ਦਾ ਮੌਸਮ ਆ ਗਿਆ ਐਸ ਡੀ ਐਸ অর ਨੋਨ ਐਸ ਡੀ ਐਸ ਦਾ ਸਕਸੈਸ ਰੇਟ ਦਾ ਐਸਟੀਮੇਟਡ ਟ੍ਰੈਂਡ ਕੀ ਹੈ ਟ੍ਰੈਂਡ ਦਾ ਐਸਟੀਮੇਟਡ ਇਸ ਵਕਤ ਕੀ ਹੈ ਇਹ ਸਮਝਣ ਦੀ ਲੋੜ ਹੈ ਐਸ ਡੀ ਐਸ 6 ਇਚ ਨੋਨ ਐਸ ਜੀ ਐਕਸ 5.5 ਦੇ ਨਾਲ ਸੋ ਨੋਨ ਐਸ ਡੀ ਐਸ অর ਐਸ ਡੀ ਐਸ ਦਾ ਟ੍ਰੈਂਡ ਰੇਟ ਵਿੱਚ ਪੀਟੀ ਦੀ ਗੱਲ ਵੀ ਹੋ ਜੇਗੀ ਔਰ ਇਹਦੇ ਨਾਲ ਨਾਲ ਅਸੀਂ ਗੱਲ ਕਰਾਂਗੇ ਕਿ ਸਟੂਡੈਂਟ ਯੂਨੀਵਰਸਿਟੀ ਨੂੰ ਰਸ਼ ਕਿਉਂ ਕਰ ਰਹੇ ਹੈ ਕੀ ਯੂਨੀਵਰਸਿਟੀ ਚ ਐਡਮਿਸ਼ਨ ਦਾ ਮਤਲਬ ਹੈ ਜ਼ਿਆਦਾ ਸਕਸੈਸ ਰੇਟ ਇਹ ਬਹੁਤ ਇੱਕ ਗੰਭੀਰਤਾ ਵਾਲਾ ਵਿਸ਼ਾ ਜਿਹਦੇ ਤੇ ਗੱਲ ਕਰਾਂਗੇ ਤੀਰਤ ਸਿੰਘ ਪਨਾਕਲ ਜਿਹੜੇ ਕਿ ਪਨਾਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਮੇਰੇ ਨਾਲ ਮੌਜੂਦ ਨੇ ਤੀਰਤ ਜੀ ਬਹੁਤ ਸਵਾਗਤ ਹੈ ਸੱਸੀਕਾ ਥੈਂਕ ਯੂ ਸਰ ਦੇ ਪ੍ਰੋਗਰਾਮ ਲਈ ਦੇ ਸਾਰੇ ਦਰਸ਼ਕਾਂ ਨੂੰ ਸੱਸੀਕਾ ਜੀ ਸੱਸੀਕਾਤ ਤੀਰਤ ਜੀ ਤੀਰਤ ਜੀ ਕਰਿਓ ਜਰਾ ਐਕਸਪਲੇਨ ਟ੍ਰੈਂਡ ਜਿਹੜਾ ਐਸਟੀਮੇਟ ਹੈ ਐਸਡੀਐਸ ਔਰ ਨਾਨ ਐਸਟੀਐਸ ਰਿ ਕਹਿੰਦੇ 6 ਸੀਟ ਤੇ ਨੇਰੀ ਆਈ ਪਈ ਬਿਲਕੁਲ ਸਰ ਇਹ ਤਾਂ ਹੁਣ ਉਲਟਾ ਹੀ ਟ੍ਰੈਂਡ ਹੋ ਗਿਆ ਕਿਉਂਕਿ ਜਿਹੜਾ ਕਿ ਪਿੱਛੇ ਦੇ ਸਾਲ ਨੂੰ ਕਿਹਾ ਜਾ ਰਿਹਾ ਸੀ ਜਿਹੜੇ ਬੱਚਿਆਂ ਨੇ ਜਾਂ ਰੁੱਖ ਬੱਛੜਦਾ ਸੀ ਕੈਨੇਡਾ ਨੂੰ ਕਿ ਸਾਡਾ ਕੈਨੇਡਾ ਨਹੀਂ ਹੋਣਾ ਜਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਸ਼ਰਤੀਆ ਸਰ ਸਾਡੇ ਕੋਲ ਕਾਫੀ ਬੱਚੇ ਹੁੰਦੇ ਕਿ ਉਹਨਾਂ ਨੇ ਲਿਖਿਆ ਹੁੰਦਾ ਕਿ ਤੁਹਾਡਾ ਵੀਜ਼ਾ ਨਹੀਂ ਆ ਸਕਦਾ ਕਿ ਤੁਹਾਡੇ ਸਲਾਹਕਾਰ ਤੋਂ ਮੈਨੂੰ ਉਹਨਾਂ ਦੇ ਸਲਾਹਕਾਰ ਜਿੱਥੋਂ ਵੀ ਉਹਨਾਂ ਦੀ ਫਾਈਲ ਪਹਿਲਾਂ ਲੱਗੀਆਂ ਹੁੰਦੀਆਂ ਉਹ ਵੀ ਬੱਚੇ ਵੀਜ਼ਾਸ ਲੈ ਗਏ ਤੇ ਬਿਲਕੁਲ ਇਹ ਸੱਚਾਈ ਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗਾ ਜਿਹੜਾ ਸਕਸੈਸ ਝੜਾ ਇੱਕਦਮ ਹੀ ਜਿਹੜਾ ਸ਼ੂਟ ਕਰ ਗਿਆ ਸਪੈਸ਼ਲੀ ਆਸ ਤੇ ਜੇ ਮੈਂ ਹੁਣ ਦੀ ਗੱ ਟਾਮੇਟਾ ਮੈਂ ਮੈਂ ਤਾਂ ਕਹਾਂਗਾ ਕਟ ਵੀਜ਼ਾ ਦੇਖਣ ਨੂੰ ਮਿਲਦੇ ਆ ਬਟ ਆ ਰਹੇ ਬਟ ਇੱਕ ਤੋਂ 5.5 ਦਾ ਸਰ ਨੇ ਯੂਜ਼ ਕੀਤਾ ਵਰਡ ਬਟ ਉਹ ਤਾਂ ਭੁੱਲਦੇ ਉਹ ਕੈਨੇਡਾ ਨਾ ਅਪਲਾਈ ਕਰੇ ਮੈਂ ਹਜੇ ਵੀ ਹੈਰਾਨ ਹੁੰਦਾ ਜਦੋਂ ਇਦਾਂ ਦੀਆਂ ਮਸ਼ਹੂਰੀਆਂ ਸਾਹਮਣੇ ਆਉਂਦੀਆਂ ਨਾ ਤੇ ਬੜਾ ਔਖਾ ਹੁੰਦਾ ਸੋ ਮੈਂ ਤਾਂ ਕਹਿੰਦਾ ਹੁੰਦਾ ਕਿਸੇ ਲਈ 10000 ਕੁਝ ਨਹੀਂ ਕਿਸੇ ਲਈ 10000 ਬਹੁਤ ਹੈ ਬਟ ਇਸੇ ਲਈ ਜੋਦੋਂ ਵੀ ਕਿਸੇ ਦਾ ਨੁਕਸਾਨ ਹੁੰਦਾ ਮੈਂ ਕਸੂਰਵਾਰ ਮੈਂ ਕਹਿੰਦਾ ਹਮੇਸ਼ਾ ਆਪਣੇ ਆਪ ਨੂੰ ਮੰਨਣਾ ਚਾਹੀਦਾ ਨਾ ਕਿ ਕਿਸੇ ਨੂੰ ਅਗਲੇ ਨੇ ਤਾਂ ਮਸ਼ਹੂਰੀ ਲਈ ਭਟ ਗਏ ਤਾਂ ਆਪਾਂ ਨਾ ਅਸੀਂ ਵੀ ਤਾਂ ਕਹਿ ਰਹੇ ਆ ਨਾ ਕਿ ਨਾ ਲਾਓ ਫਾਈਲ ਇੱਕ ਚ ਸਾਢੇ ਪੰਜ ਚ ਨਾ ਹੋਰ ਵੀ ਕਹਿ ਰਹੇ ਹੋਣੇ ਕਿਸੇ ਨੂੰ ਜੋ ਤੁਹਾਨੂੰ ਕੋਈ ਰਾਹ ਪਾ ਰਿਆ ਬਟ ਰਾਹ ਪੈਣਾ ਨਹੀਂ ਪੈਣਾ ਇਹ ਤਾਂ ਹਮੇਸ਼ਾ ਆਪਣੇ ਤੇ ਆ ਨਾ ਤੇ ਜ਼ਿੰਦਗੀ ਚ ਇਹ ਚੀਜ਼ ਬਹੁਤ ਮੈਟਰ ਕਰਦੀ ਆ ਤੁਹਾਨੂੰ ਸਲਾਹ ਕਾਹਨ ਦਿੰਦਾ ਤੁਹਾਡਾ ਸਲਾਹਕਾਰ ਕੌਣ ਹੈ ਤੇ ਤੁਸੀਂ ਕਿਹਦੀ ਸਲਾਹ ਮੰਨਦੇ ਤੁਹਾਡਾ ਫਿਊਚਰ ਜਿਹੜਾ ਕਿ ਆ ਡਿਸਾਈਡ ਕਰਦਾ ਵਾ ਸੋ ਅੱਜ ਸਰ ਮੈਨੂੰ ਪੁੱਛ ਰਹੇ ਸੀ ਸਰ ਕਿੰਨੀ ਕਰੇ ਸ਼ੋ ਜੇ ਮੈਂ ਅ ਅੱਜ ਜਦੋਂ ਡੇਲੀ ਅਸੀਂ ਜੁੜਦੇ ਹਾਂ ਇਸੇ ਮੰਚ ਤੇ ਤੇ 95% ਜਾਂ 90% ਕੌਜ਼ ਕਾ ਦਿਆ ਪੀਟੀ ਵਾਲੇ ਬੱਚਿਆਂ ਦੀ ਆ ਸੋ ਕਿਉਂਕਿ ਕਾਲ ਹੀ ਅੱਜ ਕੱਲ੍ਹ ਆਸ ਵਾਲੇ ਬੱਚਾ ਤਕਰੀਬਨ ਵੀਜ਼ਾਸ ਬਹੁਤ ਜਿਆਦਾ ਲੈ ਚੁੱਕਾ ਵਾ ਤੇ ਸਚਾਈ ਵੀ ਹੈਗਾ ਜਿਹੜਾ ਸਕਸੈਸ ਰੇਟ ਆ ਨਾ ਇਹ ਜਿਹੜੀ ਮੈਂ 90% ਵਰਡ ਜੇ ਮੈਂ ਕਹਿ ਦਵਾਂ ਨਾ ਤੇ 90 95 ਤੇ ਗਲਤ ਨਹੀਂ ਹੋਊਗੀ 90% ਸੱਚੀ ਐਸਜੀਐਸ ਕੈਟਾਗਰੀ ਤੇ ਇੰਨੀ ਹਾਈ ਜਾ ਚੁੱਕਾ ਓਵਰ ਆਲ ਹੀ ਇਹ ਪਤਾ ਲੱਗਦਾ ਜਦੋਂ ਮਾਰਕੀਟ ਦੇ ਵਿੱਚ ਬੱਚਾ ਘੁੰਮਦਾ ਜਦੋਂ ਪਤਾ ਲੱਗਦਾ ਆ ਗੂਗਲ ਤੇ YouTube ਤੇ ਬੱਚਾ ਹੁੰਦਾ ਕੌਣ ਹੁੰਦਾ ਗੂਗਲ YouTube ਤੇ ਬੱਚਾ ਜਦੋਂ ਬੱਚਾ ਖਰਾਬ ਹੋਇਆ ਹੁੰਦਾ ਜਾਂ ਜਦੋਂ ਬੱਚਾ ਉਹਨੂੰ ਕੋ ਰਾਹ ਨਾ ਲੱਭ ਰਿਹਾ ਹੋਵੇ ਜਦੋਂ ਸੁਪਨਾ ਨਾ ਪੂਰਾ ਜਦੋਂ ਹੋ ਗਿਆ ਬੱਚਾ ਆਪਣੇ ਲਾਈਫ ਦੇ ਅਗਲੇ ਚੈਲੰਜਸ ਤੇ ਬੀਜ਼ੀ ਹੁੰਦਾ ਤੇ ਇਹ ਹੈ ਕਿ ਸੱਚਾਈ ਬਿਲਕੁਲ ਤੇ ਹੁਣ ਇੱਕ ਮੈਂ ਅੱਜ ਦੇ ਇਸੇ ਵੀਡੀਓ 'ਚ ਇੱਕ ਨਾ ਹੋਰ ਛੋਟਾ ਟੋਪਿਕ ਟੋਪਿਕ ਆਪਾਂ ਅੱਜ ਪੂਰਾ ਕਰਨਾ ਹੈ ਨਾ ਬੜਾ ਵੱਡਾ ਮਿੱਥਿਆ ਰਿਫਿਊਜ਼ਲ ਜਦੋਂ ਲੱਗ ਜਾਂਦੀ ਨਾ ਅਗਲੇ ਬੱਚੇ ਨੂੰ ਨਾ ਬੜਾ ਕਹਤਾ ਜਦਾਂ ਹੈ ਕਿ ਯੂਨੀਵਰਸਿਟੀ ਅਪਲਾਈ ਕਰ ਲੈ 4 ਸਾਲ ਦੀ ਡਿਗਰੀ ਦੇ ਵਿੱਚ ਅਪਲਾਈ ਕਰ ਲੈ ਇੱਥੇ ਬੱਚਾ ਪਾਸ ਆਊਟ ਹੁੰਦਾ ਜੀ 18 19 ਪਾਸ ਆਊਟ ਹੁੰਦਾ ਬੱਚਾ ਜਾਂ 20 ਪਾਸ ਆਊਟ ਵੀ ਮੈਂ ਕਹਿੰਦਾ ਬੱਚਾ ਲੈ ਲਓ ਡਿਗਰੀ 'ਚ ਅਪਲਾਈ ਕਰ 4 ਸਾਲ ਦੀ ਕੀ ਤਰ੍ਹਾਂ ਵੀਜ਼ਾ ਹੁੰਦਾ ਪਰ ਮੈਂ ਤੁਹਾਨੂੰ ਦੁਬਾਰਾ ਦੱਸਣਾ ਚਾਹੂੰਗਾ ਇੱਕ ਚੀਜ਼ ਆ ਵੀਜ਼ਾ ਆਫੀਸਰ ਨਾਲ ਜਿੱਤੇ ਸਾਡੀ ਸੋਚ ਖਤਮ ਹੁੰਦੀ ਹੈ ਨਾ ਉਹਨਾਂ ਦੀ ਸੋਚ ਸਟਾਰਟ ਹੁੰਦੀ ਆ ਬੱਚਾ ਕਹਿੰਦਾ ਜੀ ਵੀਜ਼ਾ ਲਓ ਉੱਥੇ ਜਾ ਕੇ ਬਦਲ ਲਾਂਗੇ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਪਤਾ ਨਹੀਂ ਜਿਹੜੇ ਪਹਿਲੇ ਹੀ ਬੱਚੇ ਗਿਆ ਉਹਨਾਂ ਕੋਲ ਉਹਨਾਂ ਦਾ ਡਾਟਾ ਨਹੀਂ ਸਭ ਕੁਝ ਉਹਨਾਂ ਨੂੰ ਪਤਾ ਹੋਇਆਗਾ ਤੇ 20 ਪਾਸਵਰਡ ਵਾਲਾ ਬੱਚਾ ਵੀ ਜੀ ਅੱਜ ਇੰਡੀਆ ਚ ਉਰੋ ਤੇ ਹੀ ਪੜਨਾ ਸ਼ੁਰੂ ਕਰ ਦਿੱਤਾ ਨਾ 23 ਦੇ ਵਿੱਚ ਗ੍ਰੈਜੂਏਸ਼ਨ ਹੋਈ ਨਹੀਂ ਸੀ ਤੇ ਅੱਜ ਮੈਂ ਸੋਚ ਰਿਹਾ ਜੀ ਹੁਣ ਗ੍ਰੈਜੂਏਸ਼ਨ ਸਟਾਰਟ ਕਰ ਲਾਂ ਉਹ ਵੀ ਕੈਨੇਡਾ ਚ ਉਹ ਵੀ ਕਿਹ ਚਾਰ ਸਾਲ ਦੀ ਸੋ ਕਿਤੇ ਨਾ ਕਿਤੇ ਜਿਹੜੀਆਂ ਇਹ ਗੱਲਾਂ ਵਾ ਨਾ ਇਹ ਉਹ ਗੱਲਾਂ ਵਾ ਜਦੋਂ ਬੱਚੇ ਇਹਨੂੰ ਕਹਿ ਦਿੰਦਾ ਫਿਕਰ ਨਾ ਕਰ ਤੇਰਾ ਵੀਜ਼ਾ ਆਜੂ ਜਦ ਤੈਨੂੰ ਮੈਂ ਗਾਰੰਟੀ ਵਰਡ ਕਹਿੰਦਾ ਮੈਂ ਤਾਂ ਕਹਿੰਦਾ ਦੁਨੀਆ ਦਾ ਸਭ ਤੋਂ ਖਤਰਨਾਕ ਵੱਡੀ ਗਾਰੰਟੀ ਆ ਬੱਚਾ ਵੀ ਚੌਪ ਕਰਕੇ ਬੈਠਾ ਹਾਂ ਜੀ ਠੀਕ ਆ ਜੀ ਚਲੋ ਲਾ ਕੇ ਦੇਖ ਲੈਂਦੇ ਆ ਬਟ ਬਟ ਲਾ ਕੇ ਦੇਖੋ ਗਾਰੰਟੀ ਤਾਂ ਅਸੀਂ ਵੀ ਨਹੀਂ ਦਿੰਦੇ ਡਿਪਲੋਮੇ ਦੇ ਵੀਜ਼ਾਸ ਵੀ ਸ਼ੋਰਟੀ ਅਸੀਂ ਵੀ ਨਹੀਂ ਦਿੰਦੇ ਬਟ ਹਾਂ ਉਹ ਤੇ ਚਾਂਸਸ ਜ਼ਿਆਦਾ ਚਾਂਸਸ ਕੀ ਹੈ ਤਾਂ ਫੈਕਟ ਸੀ ਗੱਲ ਕਰਾਂਗੇ ਟੈਕਨੀਕਲ ਪੁਆਇੰਟ ਦੀ ਗੱਲ ਕਰਾਂਗੇ ਕੈਨੇਡਾ ਜਿਆਦਾ ਰਿਫਿਜ਼ਲ ਕੀ ਦਿੰਦਾ ਤੁਹਾਡੀ ਪਰਪਸ ਆਫ ਵਿਜ਼ਿਟ ਤੁਹਾਡੇ ਫਾਈਨੈਂਸ਼ੀਅਲ ਨੂੰ ਲਾ ਕੇ 4 ਸਾਲ ਦੇ ਕੋਰਸਾ ਮਤਲਬ 1 ਸਾਲ ਦੀ ਫੀਸ ਤਾਂ ਮੈਂ ਦੇਤੀ 3 ਸਾਲ ਦੇ ਮੈਨੂੰ ਪੈਸੇ ਸ਼ੋ ਕਰਾਉਣੇ ਪੈ ਜਾਣੇ ਆ ਜਿਹੜੀ ਕੋਈ ਛੋਟੀ ਅਮਾਉਂਟ ਨਹੀਂ ਹੋਗੀ 3 ਸਾਲ ਦੀ ਫੀਸ 3 ਸਾਲ ਦੀ ਲਿਵਿੰਗ ਆਪਸਾਬ ਲੌਕ ਕਿੰਨੇ ਆ ਸੋ ਸੈਕੰਡ 2 ਸਾਲ ਦਾ ਕੋਰਸ ਵੀ ਲੈਂਦੇ ਆ ਪਰਫੈਕਟਲੀ ਵੈਂ ਡਰਨ ਦੀ ਲੋੜ ਨਹੀਂ ਪਟਾ ਕੋਰਸ ਤੁਹਾਡੇ ਨਾਲ ਮੈਚ ਹੋਵੇ ਕੋਰਸ ਥੋੜਾ ਜਿਹਾ ਵੀ ਯੂਨੀਕ ਹੁੰਦਾ ਵਾ ਉਹਦਾ ਬੱਚੇ ਨੂੰ ਫਾਇਦਾ ਜ਼ਰੂਰ ਹੁੰਦਾ ਸੋ ਆ ਯੂਨੀਵਰਸਿਟੀ ਦਾ 4 ਸਾਲ ਦੀ ਡਿਗਰੀ ਦਾ ਇਸ ਲਈ ਤੋਂ ਜ਼ਰੂਰ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਉੱਪਰ ਉੱਠਣਾ ਚਾਹੀਦਾ ਕਿਉਂਕਿ ਸਵਾਲ ਹੋਣੇ ਚਾਹੀਦੇ ਫੈਕਟਸ ਨਾਲ ਟੈਕਨੀਕਲ ਨਾਲ ਕਿਉਂਕਿ ਪਤਾ ਵਾ ਜੇ ਮੇਰੇ ਵਰਗੇ ਨੂੰ ਪਤਾ ਨਾ ਜੇ ਤੁਹਾਨੂੰ ਵੀ ਬਹਤ ਰੱਖ ਕੇ ਦੇਖੋ ਆਪਣੇ ਆਪ ਨੂੰ ਸਵਾਲ ਪੁੱਛ ਕੇ ਤੇ ਤੁਸੀਂ ਵੀ ਤਾਂ ਛੱਡ ਨਹੀਂ ਆ ਤੁਸੀਂ ਵੀ ਕਿਹੜਾ 4 ਸਾਲ ਉੱਥੇ ਪੜ ਲੈਣਾ ਕਿਤੇ ਪ੍ਰੈਕਟੀਕਲੀ ਪੋਸੀਬਲ ਹੀ ਨਹੀਂ ਹੈਗਾ ਕਿਉਂਕਿ ਉਮਰ ਹੁੰਦੀ ਆਪਾਂ ਉਹ ਨਿਕਲ ਚੁੱਕੇ ਹੁੰਦੇ ਫੇਸ ਦੇ ਵਿੱਚੋਂ ਉਹ ਟਾਈਮ ਚੋਂ ਨਿਕਲ ਚੁੱਕੇ ਹੁੰਦੇ ਆ ਜੇ ਸਾਨੂੰ ਪਤਾ ਨਹੀਂ ਕਰ ਸਕਦੇ ਸੋ ਵੀਜ਼ਾ ਆਫੀਸਰ ਨੂੰ ਵੀ ਪਤਾ ਸੋ ਕਿਤਨਾ ਕਿਤੇ ਇਹ ਉਹ ਚੀਜ਼ ਆ ਜਿਹੜਾ 2 ਜਾਂ 3 ਮਹੀਨਿਆਂ ਬਾਅਦ ਇੱਕ ਸੱਚ ਸਾਹਮਣੇ ਆਉਂਦਾ ਤੇ ਅਸੀਂ ਇਸ ਲਈ ਬੱਚੇ ਨੂੰ ਕਹਿੰਦੇ ਹਮੇਸ਼ਾ ਤਿਆਰ ਰਹੋ ਸੱਚ ਸੁਣਨ ਲਈ ਕੌੜਾ ਜ਼ਰੂਰ ਹੋ ਸਕਦਾ ਪਰ ਸੱਚ ਦੇ ਚੱਲਦੇ ਰਹੋ ਸਿਰੇ ਜ਼ਰੂਰ ਲੱਗੇਗੇ ਕੋਈ ਵੀ ਡਾਊਟ ਆ 8557858578 ਨੰਬਰ ਤੇ ਜੁ ਸਾਡੀ ਟੀਮ ਨਾਲ ਕੰਟੈਕਟ ਬਿਲਕੁਲ ਜੀ ਬਹੁਤ ਕਲੈਰਿਟੀ ਦੇ ਨਾਲ ਗੱਲ ਆ ਜਿਹੜੀ ਤੀਰਤ ਜੀ ਨੇ ਸਾਡੇ ਸਾਹਮਣੇ ਰੱਖਤੀ ਸੋ 8557858578 ਇੱਕ ਨੰਬਰ ਹੈ ਇਸ ਨੰਬਰ ਤੇ ਫੋਨ ਕਰੋ ਔਰ ਟੈਸਟ ਪੋਸੀਬਲ ਕੰਮ ਹੀ ਕਰੋ ਕਿ 6 each ਤੇ ਆਜੋ ਕਿਉਂ ਧੀਰਤੀ ਬਿਲਕੁਲ ਸਰ ਬਿਲਕੁਲ ਸਹੀ ਹੈ ਜੀ 6 ਬੰਦੇ ਆ ਜਾਣਗੇ ਪੰਗੜੇ ਪਾਉਣਗੇ ਬਿਲਕੁਲ ਸਰ ਥੈਂਕ ਯੂ ਸੋ ਮਚ